हाँ जी, सत श्री अकाल जी सारिआं नूं, की हाल चाल आ। तुहाडा स्वागत आ तुहाडा साडे YouTube चैनल मिस्टर एंड मिसेस सिद्धू ते। एक बार फिर तो लैके आए हां तुहाडे लई एक नवी वीडियो। अज दी वीडियो हैगी आ बहुत ज्यादा इंपॉर्टेंट। आपां तुहाडे नाल ताजा अपडेट लैके आए हां इमीग्रेशन रूल्स बारे। आपां तुहाडे नाल गलबात करांगे कि अपडेट दा किहदे ते की इफेक्ट पाऊगा ते की चेंजेस इमीग्रेशन ने कीते आ। तुसीं व्लॉग नूं एंड तक जरूर देखना वा। जे तुहानूं वीडियो वधिया लगी सबसक्राइब कर दिओ ते वीडियो नूं अग्गे तो अग्गे शेयर कर दिओ, क्योंकि किसी लई इह जिहड़ी न्यूज़ आ इंपॉर्टेंट हो सकदी आ ते तुहाडे इक शेयर दे नाल अगले बंदे तक गल जिहड़ी आ पहुंच जूगी। सो अज दी वीडियो दे विच आपां जेन्युइन गल करांगे प्रॉपर की जिहड़ा अपडेट जिहड़ी आई आ, ते ਤੁਹਾਨੂੰ ਨਾਲ ਆਪਾਂ ਲਿੰਕ ਵੀ ਦੇਵਾਂਗੇ ਵੈਬਸਾਈਟ ਦਾ, ਜਿੱਥੇ ਤੁਸੀਂ ਆਫੀਸ਼ੀਅਲੀ ਖੁਦ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ। ਸੋ ਆਪਾਂ ਤੁਹਾਨੂੰ ਮੋਟਾ ਮੋਟਾ ਦੱਸਾਂਗੇ ਕਿ ਜਿਹੜੇ ਮੇਨ ਚਾਰ ਰੂਲਸ ਜਿਹੜੇ ਨਵੇਂ ਉਹਨਾਂ ਨੇ ਇੰਪਲੀਮੈਂਟ ਕੀਤੇ ਆ ਉਹ ਕੀ ਰੂਲਸ ਨੇ। ਪਹਿਲਾਂ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਲੋਕੀ ਫਰੌਡ ਕਰਦੇ ਸੀਗੇ ਉਹ ਹੁਣ ਫਰੌਡ ਨਹੀਂ ਕਰ ਸਕਣਗੇ, ਕਿਉਂਕਿ ਇਮੀਗ੍ਰੇਸ਼ਨ ਨੇ ਰੂਲਸ ਹੀ ਕੁਝ ਏਦਾਂ ਦੇ ਕਰ ਦਿੱਤੇ। ਪਰ ਇਹਦੇ ਨਾਲ ਜਿਹੜੇ ਲੋਕੀ ਜੈਨੂਅਨ ਵੀ ਸੀਗੇ ਉਹ ਵੀ ਰਗੜੇ ਜਾਣੇ ਆ। ਆਪਾਂ ਨੂੰ ਪਤਾ ਹੀ ਆਣਾ ਕਿ ਜਦੋਂ ਵੀ ਕੋਈ ਬੰਦਾ ਕਿਸੇ ਚੀਜ਼ ਦੀ ਗਲਤ ਇਸਤੇਮਾਲ ਕਰਦਾ ਹਨਾ ਤਾਂ ਉਹਦਾ ਇੱਕ ਐਂਡ ਹੋ ਜਾਂਦਾ ਹੁੰਦਾ। ਉਸੇ ਤਰ੍ਹਾਂ ਗੌਰਮੈਂਟ ਨੇ ਕੁਛ ਰੂਲਸ ਇਦਾਂ ਦੇ ਬਣਾਏ, ਜਿਵੇਂ ਆਪਾਂ ਪਹਿਲਾਂ ਸੁਣਿਆ ਹਨਾ ਕਿ ਲੋਕ ਮੈਰਿਜ ਕਰਵਾ ਕੇ ਕੈਨੇਡਾ ਆਉਣਾ ਚਾਹੁੰਦੇ ਆ, ਮੈਰਿਜ ਕਰਦੇ ਆ, ਤੇ ਬਾਅਦ ਦੇ ਵਿੱਚ ਕੀ ਹੁੰਦਾ ਕਿ ਕੁੜੀ ਇੱਧਰ ਆ ਕੇ ਮੁੰਡੇ ਨੂੰ ਨਹੀਂ ਬੁਲਾਉਂਦੀ ਜਾਂ ਉਹਨਾਂ ਦੀ ਬਣਦੀ ਨਹੀਂ ਆਪਸ ਦੇ ਵਿੱਚ, ਤੇ ਬਾਅਦ ਦੇ ਵਿੱਚ ਕੀ ਹੁੰਦਾ ਕਿ ਮੁੰਡਾ ਡਿਪਰੈਸ਼ਨ 'ਚ ਚਲਾ ਜਾਂਦਾ, ਉਹ ਸੁਸਾਈਡ ਕਰਦਾ, ਇਦਾਂ ਦੀਆਂ ਆਪਾਂ ਬਹੁਤ ਸਾਰੀਆਂ ਖਬਰਾਂ ਸੁਣੀਆਂ ਨੇ। ਜਿਵੇਂ ਰੀਸੈਂਟਲੀ ਇੱਕ ਨਿਊਜ਼ ਆਈ ਸੀਗੀ, ਮੁੰਡੇ ਨੇ ਕੁੜੀ ਤੇ ਪੈਸੇ ਲਾ ਕੇ ਭੇਜੇ ਸੀਗੇ, ਕੁੜੀ ਨੇ ਨਹੀਂ ਬੁਲਾਇਆ, ਕੁੜੀ ਬ੍ਰੈਂਪਟਨ ਦੀ ਲਈ ਮੁੰਡੇ ਨੇ ਸੁਸਾਈਡ ਕਰ ਲਿਆ। ਉਹ ਵੀਡੀਓ ਸਾਰੇ ਪੇਜਾਂ ਤੇ ਜਿਹੜੀ ਆ ਉਹ ਇਸ ਟਾਈਮ ਵਾਇਰਲ ਹੋ ਰਹੀ ਆ। ਸੋ ਇਦਾਂ ਦੀਆਂ ਬਹੁਤ ਹੀ ਜ਼ਿਆਦਾ ਸਟੋਰੀਆਂ ਹੈਗੀਆਂ ਹਨਾ, ਜਿਨ੍ਹਾਂ ਤੇ ਕਿ ਆਪਾਂ ਹਜੇ ਸਾਰੀਆਂ ਸਟੋਰੀਆਂ ਤੱਕ ਵੀ ਨਹੀਂ ਪਹੁੰਚੇ ਹਨਾ। ਕੁਛ ਕੁ ਸਟੋਰੀਆਂ ਜਿਹੜੀਆਂ ਸਾਹਮਣੇ ਆਈਆਂ ਨੇ, ਪਰ ਹੁਣ ਹੋ ਸਕਦਾ ਕਿ ਜਿਹੜੇ ਇਹ ਰੂਲਸ ਨਵੇਂ ਆਏ ਨੇ ਉਹਨਾਂ ਨਾਲ ਕੁਛ ਫਰਕ ਪਵੇ ਤੇ ਲੋਕ ਥੋੜੇ ਜਿਹੇ ਸਿਆਣੇ ਹੋ ਜਾਣ ਹਨਾ, ਤੇ ਜਿਹੜੇ ਫਰਾਡ ਕਰਦੇ ਆ ਉਹ ਫਰਾਡ ਨਾ ਕਰ ਸਕਣ। ਪਹਿਲਾਂ ਤਾਂ ਮੈਂ ਇੱਥੇ ਇੱਕ ਗੱਲ ਕਹਿੰਦੀ ਆ ਕਿ ਕਿਉਂਕਿ ਅਕਸਰ ਆਪਣੇ ਇੰਡੀਆ ਦੇ ਵਿੱਚ ਹੁੰਦਾ ਵਾ ਕਿ ਜਦੋਂ ਆਪਾਂ ਚਾਹੇ ਤੁਹਾਡਾ ਕੁੜੀ ਆ ਚਾਹੇ ਮੁੰਡਾ, ਜਦੋਂ ਆਪਾਂ ਆਸ ਕਰਵਾਉਂਦੇ ਆ ਆਪਾਂ ਆਪਣੇ ਮੁੰਡੇ ਤੇ ਜ਼ਮੀਨ ਵੇਚ ਕੇ ਵੀ ਪੈਸੇ ਲਾ ਦਿੰਦੇ ਆ, ਪਰ ਜੇ ਉਹੀ ਕੁੜੀ ਤੇ ਲਾਉਣੇ ਹੋਣ ਤਾਂ ਆਪਾਂ ਨੂੰ ਹੁੰਦਾ ਵਾ ਕਿ ਇਹ ਤਾਂ ਬਗਾਨੀ ਆ ਤੇ ਜਿਹੜੇ ਆਪਾਂ ਇਹਦੇ ਤੇ ਪੈਸੇ ਲਾਵਾਂਗੇ ਉਹ ਬਗਾਨੇ ਘਰ ਹੀ ਚਲੇ ਆਣੇ ਆ ਨਾ। ਪਰ ਉਹ ਲੋਕੀ ਇਹ ਨਹੀਂ ਸੋਚਦੇ ਕਿ ਅੱਜ ਕੱਲ ਆਪਾਂ ਕਹਿ ਤੇ ਦਿੰਦੇ ਆ ਕਿ ਕੁੜੀ ਮੁੰਡਾ ਬਰਾਬਰ ਆ। ਜਿਹੜੀਆਂ ਮੇਨ ਚਾਰ ਅਪਡੇਟਸ ਨੇ, ਸਭ ਤੋਂ ਪਹਿਲੀ ਅਪਡੇਟ ਕੀ ਆਈ ਆ? ਸਭ ਤੋਂ ਪਹਿਲੀ ਅਪਡੇਟ ਇਹ ਆਈ ਆ, ਪਹਿਲਾਂ ਕੀ ਹੁੰਦਾ ਸੀਗਾ ਕਿ ਸਪੋਜ਼ ਕਿ ਕਈ ਇੰਡੀਆ ਦੇ ਵਿੱਚ ਕੋਈ ਫਾਈਨੈਂਸ਼ਲੀ ਨਹੀਂ ਸਹੀ ਹੁੰਦੇ ਹਨਾ, ਉਹ ਕਹਿ ਦਿੰਦੇ ਆ ਵੀ ਚਲੋ ਆਪਾਂ ਮੁੰਡੇ ਦਾ ਵਿਆਹ ਕਰਕੇ ਤੋਰ ਦਿੰਦੇ ਹਾਂ, ਤੇ ਜੇ ਕਿਸੇ ਕੁੜੀ ਨੇ ਆਲਸ ਕੀਤਾ ਹੋਇਆ ਤਾਂ ਉਹਨਾਂ ਵਿਆਹ ਕਰ ਦਿੰਦੇ ਸੀ ਤੇ ਪੈਸੇ ਲਾ ਦਿੰਦੇ ਸੀ ਤੇ ਕੁੜੀ ਕੈਨੇਡਾ ਆ ਜਾਂਦੀ ਸੀ, ਉਸ ਤੋਂ ਬਾਅਦ ਕੁੜੀ ਮੁੰਡੇ ਦਾ ਅਪਲਾਈ ਕਰਦੀ ਸੀ ਤੇ ਕੁੜੀ ਦੇ ਬੇਸ ਤੇ ਜਿਹੜਾ ਮੁੰਡਾ ਉਹ ਵੀ ਕੈਨੇਡਾ ਪਹੁੰਚ ਜਾਂਦਾ ਸੀਗਾ। ਉਦੋਂ ਰੂਲ ਇਹ ਸੀਗਾ ਕਿ ਤੁਸੀਂ ਇੱਕ ਸਮੈਸਟਰ ਆਪਣਾ ਕੰਪਲੀਟ ਕਰਨਾ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਸਪਾਊਸ ਦੀ ਜਿਹੜੀ ਫਾਈਲ ਲਾ ਸਕਦੇ ਹੋ, ਤੇ ਉਸ ਤੋਂ ਬਾਅਦ ਤੁਹਾਡਾ ਸਪਾਊਸ ਵੀ ਕੈਨੇਡਾ ਪਹੁੰਚ ਜਾਂਦਾ ਸੀਗਾ ਤੁਹਾਡੇ ਸਟੱਡੀ ਕਰਦੇ ਕਰਦੇ। ਪਰ ਜਿਹੜਾ ਹੁਣ ਰੂਲ ਉਹਨਾਂ ਨੇ ਚੇਂਜ ਕੀਤਾ, ਉਹਦੇ ਵਿੱਚ ਉਹਨਾਂ ਨੇ ਇਹ ਚੇਂਜ ਕਰਤਾ ਕਿ ਜਦੋਂ ਵੀ ਤੁਹਾਡਾ ਸਪਾਊਸ ਆ ਉਹ ਉਦੋਂ ਹੀ ਕੈਨੇਡਾ ਪਹੁੰਚ ਸਕਦਾ ਜਦੋਂ ਤੁਸੀਂ ਆਪਣੀ ਸਟੱਡੀ ਕੰਪਲੀਟ ਕਰ ਲਓਗੇ, ਤੁਹਾਡੇ ਕੋਲੇ ਵਰਕ ਪਰਮਿਟ ਹੋਊਗਾ। ਜਦੋਂ ਤੁਸੀਂ ਓਪਨ ਵਰਕ ਪਰਮਿਟ ਤੇ ਆ ਕੇ ਤੁਹਾਡੀ 2 ਸਾਲ ਦੀ ਪੜ੍ਹਾਈ ਸੀ ਉਹ ਖਤਮ ਕਰ ਲਈ, ਵਰਕ ਪਰਮਿਟ ਤੁਹਾਡੇ ਹੱਥ 'ਚ ਆ, ਤੁਸੀਂ ਫੇਰ ਆਪਦੇ ਸਪਾਊਸ ਨੂੰ ਬੁਲਾ ਸਕਦੇ ਹੋ। ਹੁਣ ਇਹਦੇ ਵਿੱਚ ਚੰਗਾ ਵੀ ਹੋਇਆ ਤੇ ਮਾੜਾ ਵੀ ਹੋਇਆ। ਚੰਗੀ ਚੀਜ਼ ਇਹ ਹੋਈ ਕਿ ਬਹੁਤ ਕੁੜੀਆਂ ਜਿਹੜੀਆਂ ਸੀਗੀਆਂ ਇੱਥੇ 6 ਮਹੀਨੇ ਬਾਅਦ ਹੀ ਆਪਦੇ ਰੰਗ ਢੰਗ ਬਦਲ ਲੈਂਦੀਆਂ ਸੀ, ਤੇ ਉਧਰੋਂ ਵੀ ਕੰਟਰੈਕਟ ਮੈਰਿਜਸ ਹੁੰਦੀਆਂ ਸੀ, ਉਹ ਚੀਜ਼ ਤਾਂ ਸਹੀ ਹੋਈ ਕਿ ਇਹ ਰੂਲ ਚੇਂਜ ਹੋਇਆ। ਪਰ ਬਹੁਤ ਘਰ ਇੱਦਾਂ ਦੇ ਵੀ ਸੀਗੇ ਜਿਵੇਂ ਇੰਡੀਆ 'ਚ ਮੁੰਡੇ ਵੀ, ਚਲੋ ਮੁੰਡੇ ਵਾਲੇ ਵੀ ਫਾਈਨੈਂਸ਼ਲੀ ਇੰਨੇ ਨਹੀਂ ਵਧੀਆ ਹੁੰਦੇ, ਉਹ ਕਹਿ ਦਿੰਦੇ ਕਿ ਚੱਲ ਇੱਕ ਫੀਸ ਭਰੀ ਆ, 6 ਮਹੀਨੇ ਬਾਅਦ ਮੁੰਡਾ ਚਲੇ ਜੂਗਾ, ਦੋਨੋਂ ਇਕੱਠੇ ਕਮਾਈ ਕਰਨਗੇ ਤੇ ਅੱਗੇ ਆਪਦਾ ਘਰ ਬਾਰ ਚਲਾਉਣਗੇ, ਉਹਨਾਂ ਦੇ ਲਈ ਔਖਾ ਵੀ ਹੋ ਗਿਆ। ਸੋ ਇਹਦੇ ਨਾਲ ਕੁਝ ਵਧੀਆ ਲੋਕੀ ਵੀ ਜਿਹੜੇ ਸੀਗੇ ਉਹ ਰਗੜੇ ਗਏ। ਸਿੱਧਾ ਸਾਦਾ ਸਾਹਿਬ ਦਾ ਇਹ ਹੋਇਆ ਕਿ ਜੇ ਤੁਸੀਂ ਵਿਆਹ ਕਰਕੇ ਹਨਾ ਵਿਆਹ ਬੇਸ ਤੇ ਆਉਣਾ ਚਾਹੁੰਦੇ ਹੋ ਤਾਂ ਇਹਦਾ ਮਤਲਬ ਕਿ ਤੁਹਾਨੂੰ 2-2.5 ਸਾਲ ਬਾਅਦ ਤੁਹਾਨੂੰ ਵੀਜ਼ਾ ਮਿਲੂਗਾ। ਹੁਣ ਇਹ ਨਹੀਂਗਾ ਕਿ ਸਟੱਡੀ ਹੁੰਦੇ ਟਾਈਮ ਹੀ ਤੁਹਾਨੂੰ ਵੀਜ਼ਾ ਜਿਹੜਾ ਮਿਲ ਜਾਣਾ। ਸੋ ਸੈਕਿੰਡ ਚੇਂਜ, ਜਿਹੜੀ ਸੈਕਿੰਡ ਚੇਂਜ ਕੀ ਆਈ ਆ, ਪਹਿਲਾਂ ਕੀ ਹੁੰਦਾ ਸੀ ਜਿਵੇਂ ਮੁੰਡਾ ਕੁੜੀ ਹਨਾ ਵੀ ਕੁੜੀ ਕੈਨੇਡਾ ਪਹੁੰਚ ਗਈ ਆ ਤੇ ਬਾਅਦ ਦੇ ਵਿੱਚ ਮੁੰਡਾ ਵੀ ਉਹਦੇ ਨਾਲ ਇੱਥੇ ਆ ਗਿਆ, ਦੋਨੋਂ ਹਸਬੈਂਡ ਵਾਈਫ ਇੱਥੇ ਆ ਪਰ ਉਹ ਕੁੜੀ ਸਟੱਡੀ ਪਰਮਿਟ ਤੇ ਆ। ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਪਹਿਲਾਂ ਜਿਹੜਾ ਪ੍ਰਾਇਮਰੀ ਹੋਲਡਰ ਹੁੰਦਾ ਸੀਗਾ ਉਹ ਦੋਨਾਂ 'ਚ ਕੋਈ ਵੀ ਬਣ ਸਕਦਾ ਸੀਗਾ। ਸਪੋਜ਼ ਕਿ ਚਾਹੇ ਤਾਂ ਕੁੜੀ ਜੌਬ ਕਰ ਲਏ ਸਟੱਡੀ ਤੋਂ ਬਾਅਦ, ਚਾਹੇ ਮੁੰਡਾ ਜੌਬ ਕਰ ਲਏ, ਤੇ ਦੋਨਾਂ ਨੂੰ PR ਆ ਜਿਹੜੀ ਮਿਲ ਜਾਣੀ ਸੀਗੀ ਤੇ ਵਰਕ ਪਰਮਿਟ ਵੀ ਉਹਨਾਂ ਨੂੰ ਮਿਲ ਜਾਂਦਾ ਸੀਗਾ। ਤੇ ਹੁਣ ਉਹਨਾਂ ਨੇ ਰੂਲ ਕੀ ਚੇਂਜ ਕੀਤਾ ਕਿ ਪ੍ਰਾਇਮਰੀ ਹੋਲਡਰ ਸਪੋਜ਼ ਕਿ ਪਹਿਲਾਂ ਕੁੜੀ ਆਈ ਆ ਸਟੱਡੀ ਪਰਮਿਟ ਤੇ, ਸੋ ਕੁੜੀ ਨੂੰ ਹੀ ਜੌਬ ਕਰਨੀ ਪਊਗੀ ਇੱਥੇ
ਤੇ ਕੁੜੀ ਨੂੰ ਹੀ ਪਹਿਲਾਂ ਵਰਕ ਪਰਮਿਟ ਲੈਣਾ ਪਊਗਾ ਫੇਰ ਹੀ ਮਤਲਬ ਕਿ ਅਗਾ ਮੁੰਡੇ ਨੂੰ ਵਰਕ ਪਰਮਿਟ ਮਿਲੂਗਾ ਤੇ ਮੁੰਡੇ ਨੂੰ ਪੀਆਰ ਮਿਲੂਗੀ ਇਹ ਨਹੀਂ ਹੈਗਾ ਵੀ ਹੁਣ ਦੋਨਾਂ ਚੋਂ ਕੋਈ ਇੱਕ ਜਣਾ ਜੌਬ ਕਰ ਲੂਗਾ ਤੇ ਉਹਦੇ ਮਤਲਬ ਕਿ ਵੀ ਜਿਹੜਾ ਸਪਾਊਸ ਆਊਗਾ ਵੀ ਉਹ ਜੌਬ ਕਰ ਲੂ ਉਹ ਕੰਸੀਡਰ ਨਹੀਂ ਕੀਤੀ ਜਾਣੀ ਇਹਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਸਪੋਜ਼ ਇੱਕ ਮੁੰਡਾ ਕੁੜੀ ਆ ਕੁੜੀ ਸਟੱਡੀ ਬੇਸ ਤੇ ਕੈਨੇਡਾ ਪਹੁੰਚ ਗਈ ਤੇ ਮੁੰਡਾ ਵੀ ਕੈਨੇਡਾ ਪਹੁੰਚ ਗਿਆ ਸੋ ਉਹਦੇ ਵਿੱਚ ਕੀ ਹੁੰਦਾ ਕਿ ਸਪੋਜ਼ ਕਿ ਕਈ ਵਾਰੀ ਕੁੜੀ ਕੋਲੇ ਸਕਿੱਲ ਜੌਬ ਨਹੀਂ ਹੁੰਦੀ ਹਨਾ ਮੁੰਡੇ ਕੋਲੇ ਐਕਸਪੀਰੀਅੰਸ ਹੋਇਆ ਇੰਡੀਆ ਤੋਂ ਹਨਾ ਸਕਿੱਲ ਜੌਬ ਦਾ ਉਹਨੂੰ ਇਹ ਹੋਇਆ ਵੀ ਮੈਂ ਵੀ ਓਪਨ ਵਰਕ ਪਰਮਿਟ ਤੇ ਅਤੇ ਮੈਂ ਵੀ ਜੌਬ ਕਰ ਲੂੰਗਾ ਅਤੇ ਮੈਂ ਜੌਬ ਕਰ ਲੂੰਗਾ ਕਿਉਂਕਿ ਮੇਰੇ ਕੋਲ ਐਕਸਪੀਰੀਅੰਸ ਹੈਗਾ ਉਹਦੇ ਬੇਸ ਤੇ ਮੇਰੇ ਕੋਲੇ ਐਕਸਪੀਰੀਅੰਸ ਹੋ ਕੇ ਤੇ ਫਿਰ ਆਪਣੀ ਫਾਈਲ ਦੋਨਾਂ ਦੀ ਲੱਗ ਜੂ ਪਰ ਹੁਣ ਰੂਲ ਇਹ ਹੋ ਗਿਆ ਕਿ ਜੇ ਕੁੜੀ ਜਿਹੜੀ ਪਹਿਲਾਂ ਵੀਜ਼ੇ ਤੇ ਆਈ ਆ ਹਨਾ ਉਹ ਪ੍ਰਾਇਮਰੀ ਹੋਲਡਰ ਆ ਗਈ ਸੋ ਕੁੜੀ ਨੂੰ ਹੀ ਜੌਬ ਕਰਨੀ ਪਊਗੀ ਤੇ ਕੁੜੀ ਨੂੰ ਹੀ ਵਰਕ ਪਰਮਿਟ ਜਿਹੜਾ ਅਪਲਾਈ ਕਰਨਾ ਪਊ ਉਹਦੇ ਬੇਸ ਤੇ ਸਪਾਊਸ ਨੂੰ ਮਿਲੂਗਾ ਸਪਾਊਸ ਮਤਲਬ ਕਿ ਪੂਰੀ ਤਰ੍ਹਾਂ ਕੁੜੀ ਤੇ ਹੀ ਡਿਪੈਂਡ ਹੋ ਗਿਆ ਪੂਰਾ ਪ੍ਰਾਇਮਰੀ ਹੋਲਡਰ ਤੇ ਹੀ ਡਿਪੈਂਡ ਆ ਹੁਣ ਕਿਉਂਕਿ ਜਿਹੜੀ ਪੀਆਰ ਦੇ ਲਈ ਜਿਹੜੀ ਜੌਬ ਐਲੀਜੀਬਲ ਆ ਜਿਹੜੀ ਜੌਬ ਤੁਹਾਨੂੰ ਪੀਆਰ ਦਵਾਉਗੀ ਉਹ ਕੁੜੀ ਕਰ ਸਕੂਗੀ ਜੇ ਕੁੜੀ ਮੁੰਡੇ ਨੂੰ ਲੈ ਕੇ ਆਈ ਆ ਕੁੜੀ ਕਰੂਗੀ ਜੇ ਮੁੰਡਾ ਕੁੜੀ ਨੂੰ ਲੈ ਕੇ ਆਇਆ ਤਾਂ ਮੁੰਡਾ ਕਰੂਗਾ ਤੁਹਾਡਾ ਪਾਰਟਨਰ ਭਾਵੇਂ ਕਿੰਨੀ ਵੀ ਵਧੀਆ ਜੌਬ ਕਿਉਂ ਨਾ ਕਰਦਾ ਹੋਵੇ ਉਹ ਉਸ ਚੀਜ਼ ਦੇ ਵਿੱਚ ਤੁਹਾਡੀ ਹੈਲਪ ਨਹੀਂ ਕਰੂਗਾ ਸੋ ਜਿਹੜੀ ਤੀਜੀ ਜਿਹੜੀ ਮੇਜਰ ਚੇਂਜ ਆਈ ਆ ਹਨਾ ਜਿਵੇਂ ਅਸੀਂ ਪਹਿਲਾਂ ਗੱਲਬਾਤ ਕਰਕੇ ਹਟਿਆਂਗੇ ਕਿ ਫੇਕ ਮੈਰਿਜਸ ਹੁੰਦੀਆਂ ਨੇ ਕੰਟਰੈਕਟ ਮੈਰਿਜਸ ਹੁੰਦੀਆਂ ਨੇ ਸੋ ਉਸ ਚੀਜ਼ ਤੇ ਵੀ ਗਵਰਨਮੈਂਟ ਨੇ ਜਿਹੜਾ ਸਕੰਜਾ ਥੋੜਾ ਜਿਹਾ ਕਸ ਲਿਆ ਸਕੰਜਾ ਕਸਣ ਦਾ ਮਤਲਬ ਇਹ ਕਿ ਹੁਣ ਜਦੋਂ ਵੀ ਤੁਸੀਂ ਫਾਈਲ ਲਾਉਣੀ ਆ ਪਹਿਲਾਂ ਤਾਂ ਆਪਾਂ ਕੁਛ ਪ੍ਰੂਫ ਲਾਉਂਦੇ ਸੀਗੇ ਸਾਰੇ ਪ੍ਰੂਫ ਨਹੀਂ ਲਾਉਂਦੇ ਸੀਗੇ ਹਨਾ ਹੁਣ ਤੁਹਾਨੂੰ ਹੋਰ ਜ਼ਿਆਦਾ ਪ੍ਰੂਫ ਲਾਉਣੇ ਪੈਣਗੇ ਤੁਹਾਨੂੰ ਸ਼ੋਅ ਕਰਨਾ ਪਊਗਾ ਜੈਨੂਅਨ ਵੀ ਇਹ ਵਿਆਹ ਜੈਨੂਅਨ ਆ ਸਾਡਾ ਤੇ ਇਹ ਕੋਈ ਇਹ ਪਰਪਸ ਦੇ ਨਾਲ ਨਹੀਂ ਕੀਤਾ ਗਿਆ ਹਨਾ ਕਿ ਵੀ ਅਸੀਂ ਕੈਨੇਡਾ ਸਿਰਫ ਜਾਣ ਦੇ ਲਈ ਇੱਕ ਕੰਟਰੈਕਟ ਮੈਰਿਜ ਕਰਵਾਈ ਆ ਜਾਂ ਉੱਥੇ ਜਾ ਕੇ ਵੀ ਇੱਕ ਵਾਰ ਜਦੋਂ ਮੁੰਡਾ ਜਾਂ ਕੁੜੀ ਪਹੁੰਚ ਗਏ ਡਿਵੋਰਸ ਹੋ ਜੂਗਾ ਤੇ ਇੱਦਾਂ ਦਾ ਪਹਿਲਾਂ ਚੱਲਦਾ ਸੀਗਾ ਸੋ ਹੁਣ ਗਵਰਨਮੈਂਟ ਨੂੰ ਹੋਰ ਜ਼ਿਆਦਾ ਆਪਾਂ ਨੂੰ ਪ੍ਰੂਫ ਆ ਜਿਹੜੇ ਗਵਰਨਮੈਂਟ ਨੂੰ ਸ਼ੋਅ ਕਰਨੇ ਪਿਆ ਕਰਨਗੇ ਵੀਜ਼ਾ ਆਪਣਾ ਲਿਆਉਣ ਵਾਸਤੇ ਕਿਉਂਕਿ ਅਕਸਰ ਇੱਦਾਂ ਹੁੰਦਾ ਸੀਗਾ ਕਿ ਮੰਨ ਲਵੋ ਕਿ ਕੁੜੀ ਨੇ ਉੱਧਰੋਂ ਵਿਆਹ ਕਰਵਾਇਆ ਹੋਇਆ ਉਹਨੇ ਮੁੰਡੇ ਨੂੰ ਇੱਥੇ ਸੱਦ ਵੀ ਲਿਆ ਤੋ ਉੱਥੇ ਆ ਕੇ ਮੁੰਡੇ ਨੂੰ ਇੱਥੇ ਆ ਕੇ ਉਹ ਮੁੰਡੇ ਨੂੰ ਬੁਲਾ ਕੇ ਕਹਿ ਦਿੰਦੇ ਹੁੰਦੇ ਸੀ ਕਿ ਠੀਕ ਆ ਮੈਂ ਤੈਨੂੰ ਬੁਲਾ ਲਿਆ ਪਰ ਹੁਣ ਮੈਂ ਤੇਰੇ ਨਾਲ ਨਹੀਂ ਰਹਿਣਾ ਸੋ ਹੁਣ ਗਵਰਨਮੈਂਟ ਪੂਰੀ ਵੈਰੀਫਿਕੇਸ਼ਨ ਕਰੂਗੀ ਕਿ ਮੈਰਿਜ ਜੈਨੂਅਨ ਆ ਇਕੱਠੇ ਰਹਿ ਰਹੇ ਆ ਸਾਰਾ ਕੁਝ ਜਿਹੜਾ ਗਵਰਨਮੈਂਟ ਜ਼ਿਆਦਾ ਧਿਆਨ ਦਊਗੀ ਹੋਇਆ ਵੀ ਤਾਂ ਕਿਉਂਕਿ ਲੋਕਾਂ ਨੇ ਜਿਹੜੀ ਆ ਅੱਤ ਵੀ ਬਹੁਤ ਚੱਕ ਲਈ ਸੀਗੀ ਲਾਈਕ ਡੇਲੀ ਦੀਆਂ ਡੇਲੀ ਨਿਊਜ਼ ਆਉਂਦੀਆਂ ਸੀਗੀਆਂ ਰੇਡੀਓ ਚੈਨਲਸ ਤੇ ਨਿਊਜ਼ ਚੱਲਦੀਆਂ ਹੁੰਦੀਆਂ ਸੀ ਕਿ ਫਲਾਣਾ ਮੁੰਡਾ ਮਰ ਗਿਆ ਹਨਾ ਫਿਰ ਇਮੀਗ੍ਰੇਸ਼ਨ ਤੱਕ ਵੀ ਲਾਈਟਾਂ ਪਹੁੰਚੀਆਂ ਤੇ ਹੁਣ ਉਹਨਾਂ ਦੇ ਜਿਹੜੇ ਰੂਲਸ ਆ ਉਹ ਚੇਂਜ ਕਰ ਦਿੱਤੇ ਤੇ ਉਸ ਤੋਂ ਬਾਅਦ ਇੱਕ ਹੋਰ ਅਪਡੇਟ ਇਹਨਾਂ ਨੇ ਇਹੀ ਦਿੱਤੀ ਆ ਕਿ ਸਪੋਜ਼ ਜਿੱਦਾਂ ਤੁਸੀਂ ਆਪਣੀ ਮੈਰਿਜ ਕਰਵਾਈ ਆ ਮੈਰਿਜ ਬੇਸ ਤੇ ਤੁਸੀਂ ਕੈਨੇਡਾ ਆ ਰਹੇ ਹੋ ਸਪੋਜ਼ ਕਿ ਉਹਨਾਂ ਨੂੰ ਇਹ ਚੀਜ਼ ਦਾ ਸ਼ੱਕ ਪੈ ਗਿਆ ਕਿ ਤੁਹਾਡੀ ਕੰਟਰੈਕਟ ਮੈਰਿਜ ਆ ਜਾਂ ਤੁਸੀਂ ਫੇਕ ਮੈਰਿਜ ਕਰਵਾਈ ਆ ਜਾਂ ਤੁਸੀਂ ਪ੍ਰੂਫ ਨਹੀਂ ਕਰ ਸਕੇ ਕਿ ਤੁਹਾਡੀ ਮੈਰਿਜ ਜੈਨੂਅਨ ਆ ਤਾਂ ਉਹਦੇ ਵਿੱਚ ਕੀ ਹੋਊਗਾ ਫਿਰ ਤੁਸੀਂ 5 ਸਾਲ ਦੇ ਲਈ ਬੈਨ ਹੋ ਜਾਓਗੇ ਤੁਸੀਂ ਕੈਨੇਡਾ ਦੇ ਲਈ ਦੁਬਾਰਾ ਅਪਲਾਈ ਨਹੀਂ ਕਰ ਸਕੋਗੇ ਇਸ ਕਰਕੇ ਜਦੋਂ ਵੀ ਤੁਸੀਂ ਜੇ ਕੋਈ ਇੱਦਾਂ ਦੇ ਰਿਸਕ ਲੈ ਰਹੇ ਹੋ ਤਾਂ ਰਿਸਕ ਨਾ ਲਿਓ ਤਾਂ ਆਉਣ ਵਾਲੇ 5 ਸਾਲ ਫਿਰ ਤੁਸੀਂ ਆਪਣੇ ਆਪ ਨੂੰ ਬੈਨ ਕਰਕੇ ਬੈਠ ਜਾਓਗੇ ਸੋ ਇਹ ਜਿਹੜੀਆਂ ਮੇਨ ਅਪਡੇਟਸ ਆਈਆਂ ਨੇ ਸੋ ਇਹ ਅਪਡੇਟਸ ਅਸੀਂ ਕੋਈ ਆਪਦੇ ਕੋਲੋਂ ਨਹੀਂ ਬਣਾਈਆਂ ਹੋਈਆਂ CIC ਦੀ ਅਫੀਸ਼ੀਅਲ ਵੈਬਸਾਈਟ ਆ ਉਹਦਾ ਮੈਂ ਲਿੰਕ ਆ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਤੇ ਆ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਹੋ ਜੇ ਪਬਲਿਕ ਪਾਲਿਸੀ ਦੇ ਅੰਡਰ ਹਨਾ ਉਹਨਾਂ ਨੇ ਜਿਹੜੀਆਂ ਆਪਣੀਆਂ ਅਪਡੇਟਸ ਆ ਉਹ ਵੈਬਸਾਈਟ ਦੇ ਉੱਤੇ ਸ਼ੇਅਰ ਕੀਤੀਆਂ ਨੇ ਸਭ ਤੋਂ ਜਿਹੜੀ ਪਹਿਲੀ ਚੀਜ਼ ਆ ਵੈਸੇ ਤੁਸੀਂ ਸਾਰੀ ਚੀਜ਼ ਪੜ੍ਹ ਲਿਓ ਪ੍ਰਿੰਸੀਪਲ ਆ ਉਹ ਕਿਹੜਾ ਬੰਦਾ ਹੋਊਗਾ ਨਾ ਉਹਨਾਂ ਨੇ ਪ੍ਰੋਪਰ ਸਾਰਾ ਕੁਝ ਦੱਸਿਆ ਹੋਇਆ ਗਾ ਸੋ ਜਿਹੜੇ ਬੰਦੇ ਨੇ ਪਹਿਲਾਂ ਸਟੱਡੀ ਪਰਮਿਟ ਤੇ ਆਇਆ ਹੋਇਆ ਤੇ ਵਰਕ ਪਰਮਿਟ ਆ ਜਿਹਦੇ ਕੋਲੇ ਉਹੀ ਪ੍ਰਿੰਸੀਪਲ ਰਹੂਗਾ ਸੋ ਦੂਸਰਾ ਬੰਦਾ ਕੁਝ ਨਹੀਂ ਕਰ ਸਕਦਾ ਸਪੋਜ਼ ਕਿ ਉਹਦਾ ਹਸਬੰਡ ਡਿਪੈਂਡੈਂਟ ਆ ਸੈਕਿੰਡ ਉਹਨਾਂ ਨੇ ਦੱਸਿਆ ਵੀ ਜੈਨੂਅਨ ਰਿਲੇਸ਼ਨਸ਼ਿਪ ਹੋਣਾ ਚਾਹੀਦਾ ਇਹਦੇ ਵਿੱਚ ਉਹਨਾਂ ਨੇ ਸਪੈਸ਼ਲੀ ਦਿੱਤਾ ਹੋਇਆ ਕਿ ਜਿਹੜਾ ਮਤਲਬ ਕਿ ਵਾਜ਼ ਐਂਟਰਡ ਇਨਟੂ ਪ੍ਰਾਈਮਰੀ ਫੋਰ ਦਾ ਪਰਪਸ ਆਫ ਅਕੁਆਇਰਿੰਗ ਐਨੀ ਸਟੇਟਸ ਕਿ ਵੀ ਕੋਈ ਇਕੱਲਾ ਸਟੇਟਸ ਲੈਣ ਦੇ ਲਈ ਹੀ ਨਾ ਬੰਦੇ ਨੇ ਆਪਣਾ ਜਿਹੜਾ ਵਿਆਹ ਕਰਾਇਆ ਹੋਵੇ ਵੀ ਇੱਥੇ ਮੈਂ ਪੱਕਾ ਹੋ ਜਾਣਾ ਮੈਨੂੰ ਸਟੱਡੀ ਵਰਕ ਪਰਮਿਟ ਮਿਲ ਜਾਣਾ ਸੋ ਇਹ ਤੁਹਾਨੂੰ ਜੈਨੂਅਨ ਦਿਖਾਉਣਾ ਪੈਣਾ ਸੋ ਤੀਜਾ ਜਿਹੜਾ ਉਹਨਾਂ ਨੇ ਡਾਕੂਮੈਂਟ ਲਿਸਟ ਦੱਸੀ ਹੋਈ ਆ ਨਾ ਸਾਰੀ ਸਪਾਊਸਲ ਓਪਨ ਵਰਕ ਪਰਮਿਟ ਇਹ ਤੁਸੀਂ ਸਾਰਾ ਪ੍ਰੋਪਰ ਪੜ੍ਹ ਸਕਦੇ ਹੋ ਮੈਂ ਸਾਰੀ ਇਨਫੋਰਮੇਸ਼ਨ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਹਨਾ ਤੁਸੀਂ ਪ੍ਰੋਪਰ ਇਸ ਵੈਬਸਾਈਟ ਤੇ ਚੱਲ ਜਾਇਓ ਕਿਉਂਕਿ ਇਹ ਅਫੀਸ਼ੀਅਲ ਜਿਹੜੀ ਵੈਬਸਾਈਟ ਹੈਗੀ ਉਹਨਾਂ ਨੇ ਇਸ ਵੈਬਸਾਈਟ ਤੇ ਆਪਣੀ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਇਹ ਵੈਬਸਾਈਟ ਦੇ ਜਿਹੜੇ ਇਨਫੋਰਮੇਸ਼ਨ ਆ ਉਹ ਐਕਯੂਰੇਟ ਹੁੰਦੀ ਆ ਕੈਨੇਡੀਅਨ ਵੈਬਸਾਈਟ ਆ CIC ਦੀ
ਇਹਦੇ ਤੇ ਜਿਹੜੀ ਇਨਫੋਰਮੇਸ਼ਨ ਹੁੰਦੀ ਆ ਉਹ ਐਕੂਰੇਟ ਹੁੰਦੀ ਆ, ਇੱਦਾਂ ਨਹੀਂ ਹੁੰਦਾ ਕਿ ਗਲਤ ਇਨਫੋਰਮੇਸ਼ਨ ਹੁੰਦੀ ਆ। ਬਾਕੀ ਜੇ ਤੁਹਾਡੇ ਵੀ ਮਨ ਦੇ ਵਿੱਚ ਹਜੇ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਪੇਜ ਤੇ ਵੀ ਡੀਐਮ ਕਰ ਸਕਦੇ ਹੋ। ਤੇ ਮੇਨ ਚੀਜ਼ ਹੁਣ ਜਿਹੜੇ ਪੁੱਛਦੇ ਹੁੰਦੇ ਆ ਕਿ ਕੀ ਵੀ ਆਪਣੀਆਂ ਫਾਈਲਾਂ ਲੱਗੀਆਂ ਸਾਡੀਆਂ, ਸਾਡੀ ਸਪਾਊਸ ਦੀ ਫਾਈਲ ਲੱਗੀ ਆ ਜਾਂ ਵਰਕ ਪਰਮਿਟ ਦੀ ਲੱਗੀ ਆ ਜਾਂ ਪੀਆਰ ਦੀ ਫਾਈਲ ਲੱਗੀ ਆ, ਉਹ ਡਿਲੇ ਕਿਉਂ ਚੱਲ ਰਹੀਆਂ ਨੇ? ਪਿੱਛੇ ਜੇ ਗੌਰਮੈਂਟ ਨੇ ਆਪਣਾ ਇੱਕ ਨਿਊਜ਼ CIC ਨੇ ਇਮੀਗ੍ਰੇਸ਼ਨ ਨੇ ਸਾਂਝੀ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਕੋਲ 1.8 million ਫਾਈਲਸ ਆ ਜਿਹੜੀਆਂ ਬੈਕਲੌਗ ਤੇ ਪਈਆਂ ਨੇ, ਜਿਹਦੇ ਤੇ ਵਿਜ਼ਟਰ ਵੀਜ਼ਾਸ ਹੋ ਗਏ ਜਾਂ ਬਹੁਤ ਹੋਰ ਵੀ ਕੈਟਾਗਰੀਜ਼ ਉਹਨਾਂ ਨੇ ਦੱਸੀਆਂ ਸੀਗੀਆਂ। ਸੋ ਉਹਦੇ ਵਿੱਚ ਉਹਨਾਂ ਨੇ ਸਾਰੀਆਂ ਕੈਟਾਗਰੀਜ਼ ਦੱਸੀਆਂ ਨੇ, ਕਿੰਨੀਆਂ ਕਿੰਨੀਆਂ ਫਾਈਲਾਂ ਜਿਹੜੀਆਂ ਡਿਲੇ ਹੋਈਆਂ ਨੇ, ਕਿੰਨੀਆਂ ਫਾਈਲਾਂ ਬੈਕਲੌਗ ਤੇ ਪਈਆਂ ਨੇ, ਉਹ ਪ੍ਰੋਪਰ ਚਾਰਟ ਤੁਸੀਂ ਦੇਖ ਲਿਓ ਹਨਾ, ਇਹਦੇ ਤੇ ਪਿਆ ਹੈਗਾ ਸਾਰਾ। ਤੇ ਇਹ ਵੀ ਆਫੀਸ਼ੀਅਲੀ ਉਹਨਾਂ ਦੀ ਨਿਊਜ਼ ਸੀਗੀ, ਇਹੀ ਇੱਕ ਰੀਜ਼ਨ ਆ ਜਿਹਦੇ ਕਰਕੇ ਹਰੇਕ ਬੰਦੇ ਦੀਆਂ ਜਿਹੜੀਆਂ ਫਾਈਲਾਂ ਡਿਲੇ ਹੋਈ ਜਾਂਦੀਆਂ ਨੇ, ਇਹੀ ਰੀਜ਼ਨ ਕਰਕੇ ਸਾਡੀ ਵੀ ਜਿਹੜੀ PR ਆ ਉਹ ਲੇਟ ਆਈ ਸੀਗੀ। ਤੇ ਮੇਰੇ ਕੁਛ ਫਰੈਂਡ ਵੀ ਇਦਾਂ ਦੇ ਹੈਗੇ ਨੇ ਜਿਨ੍ਹਾਂ ਦੀ ਹਾਲੇ ਤੱਕ ਵੀ ਫਾਈਲ ਨਹੀਂ ਆਈ, 2-2 ਸਾਲ ਉਹਨਾਂ ਦੇ ਕੰਪਲੀਟ ਹੋ ਚੁੱਕੇ ਆ। ਸੋ ਇਹੀ ਇੱਕ ਮੇਨ ਰੀਜ਼ਨ ਆ, ਤੇ ਇਸੇ ਕਰਕੇ ਜਿਵੇਂ ਹੁਣ ਕੋਈ ਨਵਾਂ ਡਰਾ ਵੀ ਨਹੀਂ ਉਹ ਕੱਢ ਰਹੇ ਹਨਾ, PR ਦਾ ਕੋਈ ਡਰਾ ਨਹੀਂ ਆ ਰਿਹਾ, ਤੇ ਹੁਣ ਜ਼ਿਆਦਾ ਫੋਕਸ ਕਰ ਰਹੇ ਨੇ ਕਿ ਜਿਹੜੀਆਂ ਫਾਈਲਾਂ ਜਲਦੀ ਜਲਦੀ ਕੱਢੀਆਂ ਜਾਣ। ਤੇ ਬਟ ਦੇਖੋ, ਹੋਪਸੋ ਕਿ ਸਭ ਵਧੀਆ ਹੋਵੇ ਹਨਾ, ਜਿਨ੍ਹਾਂ ਦੀਆਂ ਫਾਈਲਾਂ ਲੱਗੀਆਂ ਹੁਣ ਜਲਦੀ ਜਲਦੀ ਆਉਣ। ਸੋ ਇਹ ਆਪਾਂ ਜਿਹੜੀ ਨਿਊਜ਼ ਆ ਤੁਹਾਡੇ ਨਾਲ ਸ਼ੇਅਰ ਕੀਤੀ ਆ, ਤੇ ਪ੍ਰੋਪਰ ਤੁਸੀਂ ਵੀ ਆਪਦੇ ਬਿਹਾਫ ਤੇ ਤੁਸੀਂ ਇਸ ਨੂੰ ਵੈਰੀਫਿਕੇਸ਼ਨ ਜ਼ਰੂਰ ਕਰ ਲਿਓ ਇਸ ਦੀ। ਸੋ ਤੁਹਾਡੇ ਨਾਲ ਆਪਾਂ ਸਾਰੀ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਆ, ਉਮੀਦ ਕਰਦਾ ਤੁਸੀਂ ਅਪਡੇਟ ਜ਼ਰੂਰ ਹੋ ਗਏ ਹੋਵੋਗੇ। ਕਰਦੇ ਕਿ ਤੁਹਾਨੂੰ ਵਲੌਗ ਵੀ ਵਧੀਆ ਲੱਗਿਆ ਹੋਊਗਾ, ਜੇ ਤੁਹਾਨੂੰ ਵੀਡੀਓ ਲੱਗੀ ਵਧੀਆ ਤੇ ਵੀਡੀਓ ਨੂੰ ਲਾਈਕ ਕਰ ਦਿਓ। ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇੰਪੋਰਟੈਂਟ ਨਿਊਜ਼ ਆ ਤੇ ਮੇਨ ਨਿਊਜ਼ ਆ। ਸੋ ਚਲੋ ਜੀ, ਅੱਜ ਲਈ ਇੰਨਾ ਹੀ, ਮਿਲਦੇ ਆ ਫਿਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।